मैं अमरोह धवाली है प्रेजिडेंट पत्रकार एसोसीएशन पंजाब रजिस्टर्ड जो कि अभी 26 तरीक मीटिंग करा रहे एक सर्कल हो 6 बजे। मेरे सारे अपने पत्रकार भरा बेनती है कि उत्थे बस चढ़ के पहुँचो। धन्यवाद। पत्रकार एसोसीएशन की मीटिंग सर्कट हाउस विखे 26 तरीक शनिवार बड़े प्यार सत्कार की जाएगी। जिहड़ियां कि जल शहर के कुरीतियां ने इन्हां दूर करने वास्ते विचार वटांदरा किया जाएगा। मैं तवीर करदा सारे ही मैंबर साहबान ते बहुत ही अपने विचार लैके ते तुसी मीटिंग दे विच पहुंचना है ताकि जिहड़ा साडा देश जां साडा शहर साडा पंजाब है किहड़े रस्ते ते चल रहा है उहदे बारे विचार वटांदरा किया जाए ताकि हर एक जिहड़ी कुरीति है जां जो गलत सिस्टम अंसरां वल्लों हो रहे ने ਉਹ ਦੇਖੇ ਜਾਣ ਅਤੇ ਪੁਲਿਸ ਨੂੰ ਦੱਸਿਆ ਜਾਵੇ, ਪੁਲਿਸ ਦੀ ਹਮਾਇਤ ਕੀਤੀ ਜਾਵੇ, ਸਹਾਇਤਾ ਕੀਤੀ ਜਾਵੇ। ਧੰਨਵਾਦ ਜੀ, ਬਹੁਤ ਮਿਹਰਬਾਨੀ। ਮੈਂ ਪਵਨ ਕੁਮਾਰ, ਜਨਰਲ ਸੈਕਟਰੀ ਪੱਤਰਕਾਰ ਐਸੋਸੀਏਸ਼ਨ, ਬਹੁਤ ਬਹੁਤ ਮਿਹਰਬਾਨੀ। ਧੰਨਵਾਦ। ਤੁਸੀਂ ਬੋਲੋ ਦੋ ਸ਼ਬਦ ਕਿ ਤੁਸੀਂ ਮਾਮਾ ਕੇ ਪਹੁੰਚਣਾ। ਮੈਂ ਅਮਰੋਹ ਵਾਲੀ ਹੈ ਪ੍ਰੈਜੀਡੈਂਟ ਪੱਤਰਕਾਰ ਐਸੋਸੀਏਸ਼ਨ ਪੰਜਾਬ ਰਿਸ਼ਟ। 1 ਵਜੇ ਸਰਕਟ ਹਾਊਸ 'ਚ ਮੀਟਿੰਗ ਕਰਾ ਰਹੇ 26 ਨੂੰ। ਸਾਰੇ ਮੇਰੇ ਭਾਈ ਸਾਹਿਬ ਪੱਤਰਕਾਰ ਸਾਰੇ ਦੇ ਬਸ ਚੜ੍ਹ ਕੇ ਪਹੁੰਚੋ। ਧੰਨਵਾਦ। ਹਾਂਜੀ, ਮੈਂ ਅਸ਼ਵਨੀ ਜੋਸ਼ੀ, ਵਾਈਸ ਪ੍ਰੈਜੀਡੈਂਟ ਪੱਤਰਕਾਰ ਐਸੋਸੀਏਸ਼ਨ ਤੋਂ ਜਿਹੜੀ ਅਸੀਂ ਮੀਟਿੰਗ ਕਰਾ ਰਹੇ ਹਾਂ ਸ਼ਨੀਵਾਰ, ਅਤੇ ਸਾਰੇ ਪੱਤਰਕਾਰ ਜਿਹੜੇ ਸਾਡੇ ਨਾਲ ਸਹਿਯੋਗ ਹੀ ਨੇ ਸਾਡੇ, ਉਹਨਾਂ ਅੱਗੇ ਖਾਸ ਕਰਕੇ ਬੇਨਤੀ ਹੈ ਕਿ ਸਾਰੇ ਮੀਟਿੰਗ ਦੇ ਵਿੱਚ ਪਹੁੰਚੋ ਤਾਂ ਕਿ ਅਸੀਂ ਜੋ ਵੀ ਹੱਲ ਹੈ ਸਾਡਾ ਅਸੀਂ ਹੱਲ ਕੱਢੀਏ। ਜੋ ਵੀ ਨਾਮ ਨਾਮ ਅਤੇ ਮੇਰੇ ਨਾਲ ਪਵਨ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਨੇ, ਨਾਲ ਵਾਲੀਆ ਸਾਹਿਬ ਜਿਹੜੇ ਪ੍ਰੈਜੀਡੈਂਟ ਨੇ, ਅਤੇ ਮੈਂ ਸ਼ੁਕਰਗੁਜ਼ਾਰ ਹਾਂ ਇਹਨਾਂ ਦਾ ਕਿ ਮੈਨੂੰ ਇੰਨਾ ਇੱਜ਼ਤ ਬਖਸ਼ੀ ਹੈ ਨਾ ਮੈਨੂੰ। ਅਤੇ ਤੁਸੀਂ ਸਾਰੇ ਪੱਤਰਕਾਰ ਅੱਗੇ ਫਿਰ ਤੋਂ ਬੇਨਤੀ ਹੈ ਕਿ ਸਾਰੇ ਪਹੁੰਚਣ। ਮੈਂ ਅਸ਼ਵਨੀ ਜੋਸ਼ੀ, ਚੀਫ ਐਡੀਟਰ ਫੋਕਸ 24 ਨੈਸ਼ਨਲ ਨਿਊਜ਼ ਤੋਂ, ਵਾਈਸ ਪ੍ਰੈਜੀਡੈਂਟ ਪੱਤਰਕਾਰ ਐਸੋਸੀਏਸ਼ਨ। ਧੰਨਵਾਦ। ਧੰਨਵਾਦ।